ਅਸੀਂ ਇਸ ਵੇਲੇ ਮੈਂ ਅਤੇ SSP ਸਾਹਿਬ IOC ਵਾਲੇ ਟਰਮੀਨਲ 'ਤੇ ਖੜ੍ਹੇ ਹਾਂ। ਸਾਡੀ ਜਿਹੜੀ ਮੀਟਿੰਗ ਹੈ ਟਰਾਂਸਪੋਰਟ ਯੂਨੀਅਨ, ਟਰੱਕਰ ਯੂਨੀਅਨ ਇਹਨਾਂ ਨਾਲ ਹੋ ਗਈ ਹੈ ਅਤੇ ਉਹਨਾਂ ਵੱਲੋਂ ਜਿਹੜੀ ਹੈਗੀ ਸਟ੍ਰਾਈਕ ਕਾਲ ਆਫ ਕਰਤੀ ਗਈ ਹੈ। ਇਸ ਵੇਲੇ ਟਰੱਕਸ ਜਿਹੜੇ ਨੇ ਉਹਨਾਂ ਦੀ ਫਿਲਿੰਗ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਾਰੀ ਦੀ ਸਾਰੀ ਸਪਲਾਈ ਅੱਜ ਰਾਤ ਤੱਕ ਰੀਸਟੋਰ ਕਰਦੀ ਜਾਵੇਗੀ ਅਤੇ ਲੋਕਾਂ ਦੇ ਨਾਲ ਇਹੀ ਬੇਨਤੀ ਹੈ ਕਿ ਪੈਨਿਕ ਜਿਹੜਾ ਹੈਗਾ ਨਾ ਕਰਨ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰਨ।